ਵੀ ਜੀ ਨਾਲ ਮਹਾਂਪੁਰਸ਼ਾਂ ਨੇ ਇਸ ਤਰ੍ਹਾਂ ਗੱਲ ਕੀਤੀ, ਸਾਰ ਸੰਗਤ ਮੈਨੂੰ ਸਾਰੇ ਹੀ ਰੋਕ ਰਹੇ ਸੀ, ਟੋਟਲੇ ਰੋਕਦੇ ਸੀ। ਇਹ ਜਬਰਦਸਤੀ, ਮੈਂ ਗੁਰੂ ਦੀ ਹਜ਼ੂਰੀ ਚ ਵਚਨ ਕਰਦਾ, ਜਬਰਦਸਤੀ ਮੈਂ ਲੈ ਕੇ ਗਿਆ ਮਾਤਾ ਜੀ ਨੂੰ, ਮਹਾਂ ਮੂੰਹ ਦਿਖਾਉਣਾ ਮੈਨੂੰ ਪੈਣਾ ਮਾਤਾ ਜੀ ਨੂੰ ਜਾ ਕੇ। ਗੁਰਮੁਖੋ ਸਾਰੇ ਹੀ ਰੋਕ ਰਹੇ ਸੀ ਵੀ ਨਾਨਾ ਬੀਜੀ ਨੂੰ ਨਾ ਲਿਆ। ਮੈਂ 11:10 ਤੇ ਮਾਤਾ ਜੀ ਨੂੰ ਸੰਤ ਮਹਾਰਾਜ ਜੀ ਨੂੰ ਬੁਲਾਉਣ ਲੈ ਕੇ ਗਿਆ। ਮਹਾਂਪੁਰਸ਼ ਕਹਿੰਦੇ ਹੁਣ ਮੈਂ ਜਾਣਾ ਹੈ, ਤੁਸੀਂ ਸਿੱਖ ਸੰਗਤਾਂ ਨੂੰ ਸੰਭਾਲਿਆ। ਮਾਤਾ ਜੀ ਕਹਿੰਦੇ ਨਹੀਂ, ਇਹੋ ਜਿਹੀਆਂ ਨੀ ਗੱਲਾਂ ਕਰੀਦਾ, ਤੁਸੀਂ ਠੀਕ ਹੋ ਜਾਣਾ। ਕਹਿੰਦੇ ਹਾਂ ਅੱਜ ਤਾਂ ਮੈਂ ਠੀਕ ਹੋ ਜਾਣਾ, ਠੀਕ ਦੇ ਦਾ ਮੈਂ ਨੇੜੇ ਹੀ ਪਹੁੰਚ ਚੁੱਕੇ ਹਾਂ। ਕਾਫੀ ਬਚਨ ਹੁੰਦੇ ਰਹੇ, ਚਲੋ ਮਹਾਰਾਜ ਜੀ ਨੇ ਇਸ਼ਾਰਾ ਕੀਤਾ ਤੁਸੀਂ ਆਪਣੇ ਬੀਜੀ ਨੂੰ ਲੈ ਜਾਓ। ਉਹ ਤੋਂ ਬਾਅਦ ਮੈਂ, ਮੇਰੇ ਨਾਲ ਸੇਵਾਦਾਰ ਸੀ ਭਾਈ ਰਣਜੀਤ ਸਿੰਘ, ਮੈਂ ਉਹਦੇ ਨਾਲ ਮਾਤਾ ਜੀਆਂ ਨੂੰ ਭੇਜ ਦਿੱਤਾ। ਤੇ ਬਾਅਦ ਮਹਾਂਪੁਰਖਾਂ ਦੇ ਬੜੇ ਬਚਨ ਸੁਣੇ ਨੇ, ਮਹਾਰਾਜ ਜੀ ਨੇ ਸਾਰਿਆਂ ਵੱਲ ਦ੍ਰਿਸ਼ਟੀ ਪਾਈ, ਮਹਾਂਪੁਰਖਾਂ ਨੇ ਡਿਊਟੀਆਂ ਸਮਝਾਈਆਂ ਨੇ, ਮਹਾਂਪੁਰਖਾਂ ਨੇ ਕਿਹਾ ਵੀ ਤੁਹਾਡੇ ਬੀਜੀ ਬੈਠੇ ਨੇ। ਸੰਤ ਬਾਬਾ ਲਖਬੀਰ ਸਿੰਘ ਦੇ ਵੱਲ ਇਸ਼ਾਰਾ ਕਰਕੇ ਕਹਿੰਦੇ ਇਹਨਾਂ ਨੂੰ ਚੇਅਰਮੈਨ ਮੰਨ ਲਿਓ। ਇਹ ਸੁਖਮਨੀ ਸਾਹਿਬ ਦਾ ਪਾਠ ਕਰ ਰਹੇ ਸੀ ਜਦੋਂ ਅਸ਼ਟਪਤੀ ਆਈ 21ਵੀਂ ਸਾਰ ਸੰਗਤ, ਉਦੋਂ ਮਹਾਂਪੁਰਸ਼ਾਂ ਨੇ ਆਪਣਾ 5 ਭੂਤਕ ਸਰੀਰ ਨੂੰ ਤਿਆਗ ਦਿੱਤਾ। ਇਸ ਤਰ੍ਹਾਂ ਮਹਾਂਪੁਰਸ਼ ਸਰੀਰ ਦੇ ਵਿੱਚ ਗਏ, ਸਰੀਰ ਵਿੱਚੋਂ ਜਦੋਂ 5 ਭੂਤਕ ਸਰੀਰ ਚੋਂ ਅਲੋਪ ਹੋਏ ਨੇ, ਬਹੁਤ ਸਾਰੇ ਮਹਾਂਪੁਰਸ਼ਾਂ ਨੂੰ ਦ੍ਰਿਸ਼ਟ ਵੀ ਦਿਖੇ ਨੇ ਵੀ ਕਿਸ ਤਰ੍ਹਾਂ ਗਏ ਨੇ। ਸੋ ਮੈਂ ਇੱਧਰ ਨੂੰ ਨਾ ਜਾਵਾਂ, ਜਦੋਂ ਮਾਤਾ ਜੀ ਆ ਜੋ ਕੱਲ ਦਾ ਦਿਨ ਲੰਘਿਆ ਹੈ, ਅੱਜ ਦੇ ਦਿਨ ਸੰਸਕਾਰ ਦਾ ਦਿਨ ਹੈ, ਆਹ ਸਮਾਂ ਸੀ ਜਦੋਂ ਤਿਆਰੀਆਂ ਹੋ ਰਹੀਆਂ ਸੀ। ਗੁਰਮੁਖੋ ਹੋਇਆ ਕਿ ਮਾਤਾ ਜੀ ਨੇ ਜਦੋਂ ਸਰੀਰ ਛੱਡਣਾ ਸੀ, ਮਾਤਾ ਜੀ ਨੇ ਨੇਤਰ ਖੋਲੇ। ਉਸ ਟਾਈਮ ਦਾਸ ਕੋਲ ਸੀ, ਇੱਕ ਬਚਨ ਕੀਤਾ ਹੋਇਆ ਸੀ ਮਾਤਾ ਜੀ ਨੇ, ਕੋਈ ਸਮਾਂ ਸੀ ਮੇਰੇ ਤੇ, ਐਸੇ ਐਸੇ ਸਮੇਂ ਆਏ ਜੋ ਮਹਾਂਪੁਰਸ਼ ਕਹਿ ਗਏ ਸੀ। ਕਹਿੰਦੇ ਬੇਟਾ, ਲੇਖਾਂ ਦੇ ਵਿੱਚ ਸੇਵਾ ਤਾਂ ਬਹੁਤ ਗਹਿਰੀ ਲਿਖੀ ਹੋਈ ਹੈ, ਪਰ ਨਾਲ ਦੀ ਨਾਲ ਝੱਖੜ ਝਾਂਗੀ ਬਹੁਤ ਆਉਗੀ, ਬੇਟਾ ਸੇਵਾ ਛੱਡ ਕੇ ਨਾ ਜਾਏ। ਉਹ ਬਚਨ ਮੈਨੂੰ ਇਸ ਤਰ੍ਹਾਂ ਬੰਨ ਕੇ ਬਿਠਾਲ ਰੱਖਿਆ, ਸਾਰ ਸੰਗਤ ਮੈਂ ਦੱਸ ਨਹੀਂ ਸਕਦਾ ਕਿਹੋ ਕਿਹੋ ਜਿਹਾ 2007 ਦੇ ਵਿੱਚ ਐਸੇ ਐਸੀਆਂ ਦੁਸ਼ਮਣਾਂ ਲੱਗਣੀਆਂ ਸ਼ੁਰੂ ਹੋਈਆਂ, ਮੈਂ ਦੱਸ ਹੀ ਨਹੀਂ ਸਕਦਾ, ਉਹ ਤੁਹਾਡੇ ਨਾਲ ਵੀ ਸ਼ੇਅਰ ਨਹੀਂ ਕਰ ਸਕਦਾ ਇੱਥੇ ਤੱਕਰ ਵੀ ਇਹਨੂੰ ਇੱਥੋਂ ਤੋਰਿਆ ਜਾਵੇ। ਪਰ ਜਦੋਂ ਇਹੋ ਜਿਹੀਆਂ ਗੱਲਾਂ ਸੀ, ਮੈਂ ਵੀ, ਮੇਰਾ ਵੀ ਇੱਕ ਵਾਰੀ ਮਨ ਡੋਲ ਗਿਆ ਸੀ, ਮੈਂ ਦੇਖੀ ਜਾਊ ਕਿ ਹੋਰ ਜਨਮ ਮਿਲ ਜੂਗਾ, ਹੁਣ ਕਿੰਨਾ ਮੈਂ ਵੀ ਇੱਕ ਇਨਸਾਨ ਹਾਂ, ਮੈਂ ਕਿਹੜਾ ਸੰਤਾਂ ਵਰਮ ਗਿਆਨੀ ਆ, ਪਰਮ ਗਿਆਨੀਆਂ ਨੂੰ ਅਸਰ ਨਹੀਂ ਹੁੰਦਾ, ਸਾਨੂੰ ਹੋ ਜਾਂਦਾ ਹੈ। ਮੈਂ ਚਲੋ ਹੁਣ ਦੇਖੀ ਜਾਊ ਕਿ ਚਲੇ ਜਾਵਾਂਗੇ। ਜਦ ਭਾਈ ਸਾਰੇ ਇੱਕ ਪਾਸੇ ਨੂੰ ਤੁਰ ਪਏ, ਮਾਤਾ ਜੀ ਨੇ ਰਾਤ ਨੂੰ ਪ੍ਰਸ਼ਾਦਾ ਛੱਕ ਕੇ, ਉਹ ਜਿਹੜੇ ਤੋਰਨ ਵਾਲੇ ਸੀ, ਮੈਂ ਨਾਂ ਨੀ ਲੈਣਾ, ਉੱਥੇ ਬੈਠੇ ਸੀ, ਉਹ ਵੀ ਸੁਣ ਰਹੇ ਸੀ। ਕਹਿੰਦੇ ਬੇਟਾ ਚਿੰਤਾ ਨਾ ਕਰ, ਆਖਰੀ ਸਮੇਂ ਪਾਣੀ ਤੇਰੇ ਤੋਂ ਪੀ ਕੇ ਜਾਣਾ, ਆਖਰੀ ਸਮੇਂ ਪਾਣੀ ਤੇਰੇ ਤੋਂ ਪੀ ਕੇ ਜਾਣਾ, ਗੁਰ ਕਾ ਬਚਨ ਵਸਿਆ ਜੀ ਨਾਲੇ। ਮੈਂ ਉਦੋਂ ਹੀ ਆਪਣੇ ਹਿਰਦੇ ਚ ਧਾਰ ਲਿਆ ਵੀ ਹੁਣ ਚਾਹੇ ਕੋਈ ਕੁਛ ਕਹੀ ਜਾ। ਮੈਂ ਕਿੰਨੇ ਦੀਵਾਨਾਂ ਵਿੱਚ ਫਿਰ ਮੈਂ ਪੂਰਨਵਾਸੀ ਦੇ ਵਿੱਚ ਗਿਆ, ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੈ, ਗੁਰੂ ਵੱਲ ਹੋ ਜਾਵੇ ਲੱਖ ਬਾਹਾਂ ਹੋ ਜਾਣ, ਕੁਛ ਨੀ ਕੋਈ ਕਰ ਸਕਦਾ। ਜੇ ਗੁਰੂ ਸਾਧ ਪ੍ਰਹਿਲਾਦ ਨੂੰ ਉਹਦਾ ਪਿਤਾ ਹੀ ਹਰਨਾਥ ਕਿੰਨੇ ਦੰਡ ਦਿੰਦਾ ਸੀ, ਪਰ ਉਹਦੇ ਵੱਲ ਕੌਣ ਸੀ? ਗੁਰੂ। ਜਦ ਗੁਰੂ ਵੱਲ ਹੋ ਜਾਂਦਾ ਵੇ ਸਾਰਾ ਹੀ ਕੁਛ ਵੱਲ ਹੋ ਜਾਂਦਾ ਹੈ। ਇਸ ਕਰਕੇ ਸਾਰ ਸੰਗਤ ਆਖਰੀ ਸਮਾਂ ਆਇਆ, ਮਾਤਾ ਜੀ ਨੇ ਜਲ ਕਿਹਾ, ਪਾਣੀ ਵਾਸਤੇ ਕਿਹਾ, ਮੂੰਹ ਦੇ ਵਿੱਚ ਮੈਂ ਪਾਣੀ ਪਾਇਆ ਮਾਤਾ ਜੀ ਦੇ ਪਿਆਂ ਦੇ। ਮਾਤਾ ਜੀ ਨੇ ਜਦੋਂ 5 ਭੂਤਕ ਸਰੀਰ ਛੱਡਣ ਲੱਗੇ, ਜੋ ਮਹਾਂਪੁਰਖਾਂ ਨੇ ਜੁਗਤੀ ਦੱਸੀ, ਜੋ ਅੰਦਰ ਹੁੰਦਾ ਸਰੀਰ ਦੇ ਵਿੱਚ ਉਹੀ ਬਾਹਰ ਆਇਆ ਕਰਦਾ ਗੁਰਮੁਖੋ। ਮਾਤਾ ਜੀ ਨੇ ਬਿਰਤੀ ਸੰਕੋਚਣੀ ਸ਼ੁਰੂ ਕਰ ਲਈ, ਗੁਰੂ ਗੁਰੂ ਕਰਕੇ ਬਿਰਤੀ ਆਗਿਆ ਚੱਕਰ ਦੇ ਵਿੱਚ ਲਿਆਣ ਕੇ ਧਿਆਨ। ਹੁਣ ਮੈਂ ਗੱਲ ਕਰਦਾ ਸੀ, ਇੱਕ ਨੇ ਮੇਰੇ ਨਾਲ ਤਰਕਵਾਜ ਨੇ ਗੱਲ ਕੀਤੀ, ਕਹਿੰਦਾ ਉਹ ਲਾਈਟਾਂ ਤਾਂ ਦਿਖਦੀਆਂ ਹੀ ਨਹੀਂ ਹੁੰਦੀਆਂ, ਮੈਂ ਉਹ ਬਿਰਲਿਆਂ ਨੂੰ ਦੇਖਦੀਆਂ ਨੇ, ਸਾਰਿਆਂ ਨੂੰ ਨਹੀਂ ਦਿਖਦੀਆਂ। ਸਾਰ ਸੰਗਤ ਇਹੋ ਜਿਹੀਆਂ ਅਨੁਭੂਤ ਲਾਈਟਾਂ, ਜਿਵੇਂ ਚਮੇਲੀ ਦਾ ਫੁੱਲ ਦੇਖਿਆ ਹੋਣਾ ਆਪ ਜੀਆਂ ਨੇ, ਚਮੇਲੀ ਦੇ ਫੁੱਲ ਅਨੰਗ ਇੱਥੇ ਆ ਗਿਆ ਚੱਕਰ ਦੇ ਵਿੱਚ ਇਸ ਤਰ੍ਹਾਂ ਭੰਭੀਰੀ ਘੁੰਮਦੀ ਹੈ, ਇਸ ਤਰ੍ਹਾਂ ਘੁੰਮੀ, ਬੜੀਆਂ ਅਨੁਭੂਤ ਲਾਈਟਾਂ ਉਹਦੇ ਵਿੱਚੋਂ ਗਈਆਂ। ਇੱਕ ਲਗਤ ਬੀਜ ਮਾਤਾ ਜੀ ਨੇ 3 ਵਾਰੀ ਗੁਰੂ ਗੁਰੂ ਕਹਿ ਕੇ ਬਿਰਤੀ ਖਿੱਚੀ, ਨਾੜ ਫੁੱਲਦੀ ਚਲੇ ਗਈ, 10ਵੇਂ ਦਵਾਰ ਨੂੰ ਸਰੀਰ, 5 ਭੂਤਕ ਸਰੀਰ ਇੱਕ ਮਿੰਟ ਚ, ਮਿੰਟ ਦਾ ਜ਼ਿਆਦਾ ਸਾਰ ਸਮੇਂ 5-7 ਸੈਕਿੰਡ ਦੇ ਵਿੱਚ ਸਰੀਰ ਛੱਡ ਦਿੱਤਾ।
ਹੁਣ ਅੱਜ ਦੇ ਇਤਿਹਾਸਕਾਰ ਮਾਤਾ ਗੁਜਰ ਕੌਰ ਜੀ ਦੇ ਬਾਰੇ ਕਿੰਨਾ ਕੁਛ ਲਿਖਦੇ ਨੇ ਵੀ ਟੋਡਰ ਮੈਂ ਜਦੋਂ ਪਤਾ ਲੱਗਿਆ ਠੰਡੇ ਬੁਰਜ ਤੋਂ ਛਾਲ ਮਾਰ ਦਿੱਤੀ, ਕੋਈ ਕਹਿੰਦਾ ਨਹੀਂ ਠੰਡੇ ਬੁਰਜ ਦੇ ਨਾਲ ਸਿਰ ਮਾਰਿਆ, ਉਹ ਜਗਤ ਮਾਤਾ ਸੀ ਸਾਰ ਸੰਗਤ ਦਾ, ਸਾਡੇ ਸਾਹਮਣੇ ਮਾਤਾ ਜੀ ਨੇ ਕਿਵੇਂ ਸਰੀਰ ਛੱਡਿਆ। ਇਸ ਕਰਕੇ ਉਹ ਪਿਆਰੇ ਦਾ ਜਿਹੜਾ ਵਿਛੋੜਾ ਹੁੰਦਾ ਹੈ, ਫਿਰ ਉਹ ਵਿਛੋੜਾ ਜਿਹੜੇ ਪਿਆਰ ਕਰਦੇ ਨੇ ਉਹੀ ਜਾਣਦੇ ਨੇ, ਬਾਕੀਆਂ ਦੇ ਭਾਂਡਾ ਤਾਂ ਸਾਰ ਸੰਗਤ ਇੱਕ ਮੇਲਾ ਬਣ ਜਾਂਦਾ। ਇਹ ਬਾਣੀ ਇਸ ਤਰ੍ਹਾਂ ਕਥਨ ਕਰਦੀ ਹੈ, ਜਿਸ ਤਨ ਲੱਗਿਆ ਸੋਈ ਸਿੰਘ ਜੀ ਅੱਤ ਦਾ ਪਿਆਰ ਕਰਦੇ ਨੇ। ਹੁਣ ਵੀ ਜਦੋਂ ਕੋਠੀ ਜਾਂਦੇ ਨੇ ਇਹਨਾਂ ਦੇ ਅੱਖਾਂ ਚ ਪਾਣੀ ਨਹੀਂ ਸੁੱਕਦਾ, ਪਿਆਰ ਕਰਨ ਵਾਲਿਆਂ ਨੂੰ ਪਤਾ ਹੁੰਦਾ, ਬਾਕੀ ਤਾਂ ਸਾਰ ਸੰਗਤ ਕਥਾ ਕਹਾਣੀਆਂ ਨੇ ਚੱਲੀ ਜਾਂਦੀਆਂ ਨੇ। ਸੋ ਇਸ ਕਰਕੇ ਪੰਜ ਭੂਤਕ ਸਰੀਰ ਏ ਅਲੋਪ ਹੋਇਆ, ਠੀਕ ਹੈ ਮਾਤਾ ਜੀ ਨਾਲ ਨੇ, ਆ ਮੇਰੇ ਨਾਲ ਬਹੁਤ ਪਿਆਰੀ ਆਤਮਾ। ਬਾਬਾ ਅੰਮ੍ਰਿਤ ਸਿੰਘ ਜੀ ਰੁੜਕੇ ਤੋਂ ਆਏ ਨੇ, ਇਹਨਾਂ ਨੂੰ ਮਾਤਾ ਜੀਆਂ ਨੇ ਸਾਧ ਸੰਗਤ ਇੱਕ ਦਿਨ ਪਹਿਲਾਂ ਬਿਠਾ ਦਿੱਤਾ ਕਿ ਅਸੀਂ ਜਾਣਾ ਹੈ। ਸਾਧ ਸੰਗਤ ਦੀਆਂ ਗੱਲਾਂ ਆਮ ਤਾਂ ਲੋਕਾਂ ਵਾਸਤੇ ਸੁਪਨੇ ਹੁੰਦੇ ਨੇ, ਜਿਹੜੇ ਸੰਸਾਰੀ ਸੁਪਨੇ ਹੁੰਦੇ ਨੇ, ਜਿਹੜੇ ਮਹਾਂਪੁਰਖਾਂ ਦੇ ਹੁੰਦੇ ਨੇ, ਵਿਜ਼ਨ ਹੁੰਦੇ ਨੇ, ਇਹਨਾਂ ਦੇ ਵਿੱਚ ਕੋਈ ਰੀਜ਼ਨ ਹੁੰਦਾ ਹੈ। ਦੱਸਦੇ ਸੀ ਕਹਿੰਦੇ ਮੈਨੂੰ ਸੁਪਨਾ ਆਇਆ ਵੀ ਵੱਡੇ ਮਹਾਂਪੁਰਖ ਚਿੱਟਾ ਕੱਪੜਾ ਲੈ ਕੇ ਰਾੜਾ ਸਾਹਿਬ ਵਾਲੇ ਤੇ ਆਪਣੇ ਮਹਾਂਪੁਰਖ ਬਾਹਰ ਲੀਚੀ ਕੋਲ ਖੜੇ ਸੀ। ਕਿਹਦੇ ਵਾਸਤੇ ਖੜੇ ਸੀ? ਮਾਤਾ ਜੀਆਂ ਵਾਸਤੇ, ਕਿਉਂਕਿ ਮਾਤਾ ਜੀਆਂ ਦੇ ਅਕਸਰ ਵਚਨ ਵੀ ਸੀ, ਮੈਂ ਪਿਆਰ ਦੇ ਵਿੱਚ ਬੜੀਆਂ ਗੱਲਾਂ ਪੁੱਛ ਲਿਆ ਕਰਦਾ ਸੀ, ਮਹਾਂ ਮਾਤਾ ਜੀ ਅਕਸਰ ਨੂੰ ਜਾਣਾ ਤਾਂ ਹੈ ਸੰਸਾਰ ਤੇ, ਕਈ ਵਾਰੀ ਵੱਡੇ ਭੈਣ ਜੀ ਇੰਗਲੈਂਡ ਵਾਲੇ ਕੋਲ ਬੈਠੇ ਹੁੰਦੇ ਸੀ, ਉਹਨਾਂ ਨੇ ਗੱਲ ਛੇੜਣੀ ਤੁਹਾਨੂੰ ਪਿਤਾ ਜੀ ਲੈਣ ਆਉਣਗੇ, ਕਿਉਂਕਿ ਉਹ ਵੀ ਵਰਨ ਕਹਿੰਦੇ ਸੀ। ਮਾਤਾ ਜੀ ਨੇ ਕਹਿਣਾ ਨਾ, ਮੈਨੂੰ ਲੈਣ ਆਉਣਗੇ ਰਾੜਾ ਸਾਹਿਬ ਵਾਲੇ ਮਹਾਰਾਜ। ਸਾਰ ਸੰਗਤ ਅੱਡਾ ਧੀ ਸੀ ਮਾਤਾ ਜੀਆਂ ਦਾ, ਬਹੁਤ ਵੱਡਾ ਦਿਲ ਸੀ ਮਾਤਾ ਜੀਆਂ ਦਾ। ਸਾਰ ਸੰਗਤ ਸਾਰੀ ਜ਼ਿੰਦਗੀ ਪਰਉਪਕਾਰ ਦੇ ਵਿੱਚ ਲੰਘੀ, ਜੇ ਕਿਤੇ ਵੀ ਮਾਤਾ ਜੀਆਂ ਨੇ ਸਰਬ ਸਾਂਝਾ ਉਪਦੇਸ਼ ਦਿੱਤਾ। ਯੂਪੀ ਦੇ ਵਿੱਚ ਖੇਤੀ ਕਰਾਈ, ਮੁਸਲਮਾਨ ਵੀਰਾਂ ਦੇ ਤਿੰਨ ਸੌ ਬੰਦਿਆਂ ਦੇ ਰੋਜੇ ਖਿਲਾਉਣੇ, ਕਹਿੰਦੇ ਤੁਸੀਂ ਨਾਮ ਜਪਦੇ ਆ ਕਿਸੇ ਵੀ ਮਤ ਚ ਹੋ, ਤਿੰਨ ਸੌ ਬੰਦਿਆਂ ਨੂੰ ਸ਼ੱਕਰ ਰਲਾ ਕੇ ਦੇਣੀ, ਚੂਰੀ ਕੁੱਟ ਕੇ ਦੇਣੀ ਆਪ ਜੀਆਂ ਨੇ। ਜੇ ਸਾਰ ਸੰਗਤ ਨੌਕਰ ਹੈ, ਨੌਕਰਾਂ ਨੂੰ ਨੌਕਰਾਂ ਮਗਰਾਂ ਨੀ, ਉਹਨਾਂ ਨੂੰ ਆਪਣੇ ਬੱਚਿਆਂ ਮਗਰਾਂ ਪਿਆਰ ਕਰਦੇ ਸੀ, ਦੇਖ ਲੈਂਦੇ ਸੀ ਵੀ ਉਹ ਇੰਨੇ ਘੰਟਿਆਂ ਦਾ ਟਰੈਕਟਰ ਤੇ ਚੜਿਆ, ਆਪ ਚਲੇ ਜਾਣਾ ਉਹਨੂੰ ਪਾਣੀ ਦੇਣ ਵਾਸਤੇ। ਗੁਰਮੁਖੋ ਇਹੋ ਜਿਹਾ ਜੀਵਨ ਜਿਨ੍ਹਾਂ ਨੇ ਜ਼ਿੰਦਗੀ ਜੀ ਕੇ ਦਿਖਾਈ, ਗ੍ਰਿਸ ਦੇ ਵਿੱਚ ਪਰਮੇਸ਼ਰ ਨੂੰ ਮਿਲ ਕੇ ਦਿਖਾਇਆ, ਉਹਨਾਂ ਦੀਆਂ ਯਾਦਾਂ ਜਿਹੜੀਆਂ ਆਪਾਂ ਮਿੱਠੀ ਯਾਦ ਮਨਾ ਰਹੇ ਮਨਾਈਆਂ ਤਾਂ ਸਫਲੀਆਂ ਹੋਣਗੀਆਂ ਜੇ ਆਪਾਂ ਨਿਤਨੇਮ ਵਧਾਈਏ। ਜਿਹੜੇ ਨਿਤਨੇਮ ਕਰਦੇ ਨੇ ਭਾਈ, ਉਹ ਭਜਨ ਵੱਲ ਨੂੰ ਤੁਰੋ, ਉਹ ਬੈਠਿਆ ਕਰੋ ਧਿਆਨ ਦੇ ਵਿੱਚ, ਆਪਣੇ ਮਨ ਦੇ ਨਾਲ ਪਾਲਾ ਪਾਓ, ਕਿਉਂਕਿ ਮਨ ਦੇ ਨਾਲ ਜਦੋਂ ਪਾਲਾ ਪੈਂਦਾ ਫਿਰ ਪਤਾ